ਬਹੁਤ ਸਵਾਗਤ ਜੀ ਤੁਹਾਡਾ ਸਭ ਦਾ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ। ਕੈਲੀਫੋਰਨੀਆ ਦੇ ਵਿੱਚੋਂ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਅਤੇ ਵੈਸੇ ਗੱਲ ਕਰੀਏ ਤਾਂ ਜਿਵੇਂ ਹੁਣ ਇੰਡੀਆ ਦੇ ਵਿੱਚ ਨੋਟਬੰਦੀ ਹੋਈ ਸੀਗੀ ਤਾਂ ਉਦੋਂ ਕ੍ਰੈਡਿਟ ਕਾਰਡ ਜਿਹੜੀਆਂ ਮਸ਼ੀਨਾਂ ਧੜਾਧੜ ਵਿਕਣੀਆਂ ਸ਼ੁਰੂ ਹੋਈਆਂ ਸੀਗੀਆਂ ਅਤੇ ਕ੍ਰੈਡਿਟ ਕਾਰਡ ਵੀ ਮੋਦੀ ਸਾਹਿਬ ਨੇ ਦੇਣੇ ਸ਼ੁਰੂ ਕੀਤੇ ਸੀ ਵੀ ਕ੍ਰੈਡਿਟ ਕਾਰਡ ਵਰਤੋ ਕ੍ਰੈਡਿਟ ਕਾਰਡ ਵਰਤੋ। ਅਤੇ ਇੱਥੇ ਜਿਹੜੀ ਕ੍ਰੈਡਿਟ ਕਾਰਡ ਮਸ਼ੀਨਾਂ ਦਾ ਕੰਮ ਹੈਗਾ ਅਤੇ ਜਾਂ ਏਟੀਐਮ ਮਸ਼ੀਨਾਂ ਦਾ ਕੰਮ ਇਹ ਕਰਦੇ ਨੇ ਬੌਬ ਵਿਰਕ ਸਾਹਿਬ ਕਾਫੀ ਦੇਰ ਤੋਂ। ਅਤੇ ਅੱਜ ਕੱਲ੍ਹ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਜਿੰਮੀ ਵਿਰਕ ਉਹ ਕੰਮ ਕਰ ਦੇਖਦਾ। ਸੋ ਜਿੰਮੀ ਵਿਰਕ ਸਾਹਿਬ ਨਾਲ ਗੱਲ ਕਰਦੇ ਹਾਂ। ਜਿੰਮੀ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਤੁਹਾਡੇ ਹੀ ਆਫਿਸ ਦੇ ਵਿੱਚ, ਤੁਹਾਡਾ ਹੀ ਸਵਾਗਤ ਹੈ। ਹਾਂਜੀ, ਇੱਥੇ ਜਸ ਪੰਜਾਬੀ ਨੂੰ ਮੋਸਟ ਵੈਲਕਮ ਕਰਦੇ ਇੱਥੇ ਸਾਡੇ ਆਫਿਸ ਬੇਕਰਸ਼ੀਲ। ਅੱਛਾ, ਹੋਰ ਕੀ ਹਾਲ ਚਾਲ? ਵਧੀਆ, ਬਸ ਵਧੀਆ ਜੀ, ਵਧੀਆ ਕੰਮ ਕਾਰ ਸਾਰਾ ਇੱਥੇ ਸੈਟ ਅਪ ਪੂਰਾ ਬਹੁਤ ਵਧੀਆ। ਹਾਂਜੀ, ਅਤੇ ਤੁਸੀਂ ਹੁਣ ਸੰਭਾਲਿਆ ਡੈਡੀ ਵਾਲਾ ਕੰਮ ਜਿਹੜਾ ਏਟੀਐਮ ਮਸ਼ੀਨਾਂ ਦਾ ਅਤੇ ਕ੍ਰੈਡਿਟ ਕਾਰਡ ਦਾ। ਹਾਂਜੀ, ਇਹ ਕੀ ਇਹ ਕੰਮ ਸੌਖਾ ਹੀ ਹੈ? ਮਸ਼ੀਨ ਮਸ਼ੀਨ ਲੈਣੀ, ਕੀ ਪ੍ਰੋਸੀਜਰ ਇਹਦਾ? ਇਹ ਸੌਖਾ ਹੀ ਆ, ਆਈ ਮੀਨਸ ਆਲਮੋਸਟ ਜਿੱਥੇ ਵੀ ਹੁਣ ਤੁਸੀਂ ਜਾਂਦੇ ਹੋ ਉੱਥੇ ਕ੍ਰੈਡਿਟ ਕਾਰਡ ਮਸ਼ੀਨ ਹੁਣ ਲੱਗੀ ਹੋਈ ਆ, ਸਾਰਿਆਂ ਕੋਲ ਹੈਗੀ ਆ ਆਲਰੇਡੀ। ਅਤੇ ਆਪਾਂ ਜੋ ਕੰਮ ਕਰਦੇ ਹਾਂ ਆਪਾਂ ਜਿਹੜੇ ਉਹਨਾਂ ਦੇ ਰੇਟ ਆ ਆਪਾਂ ਉਹ ਕਾਫੀ ਘਟਾ ਦਿੰਦੇ ਹਾਂ। ਅਤੇ ਨਾਲ ਸਾਡੇ ਨਾਲ ਇੱਦਾਂ ਕੋਈ ਕੰਟਰੈਕਟ ਨਹੀਂ ਹੁੰਦਾ, ਕੋਈ ਕੋਈ ਕੰਟਰੈਕਟ ਨਹੀਂ, ਫ੍ਰੀ ਇਕੁਇਪਮੈਂਟ ਅਤੇ ਕੁਛ ਪੱਲਿਓ ਨਹੀਂ ਆਉਂਦਾ। ਜਿਹੜੇ ਮਰਜ਼ੀ ਕੰਮ ਚ ਹੁਣ ਜ਼ਰੂਰੀ ਹੈ। ਇੰਡੀਆ ਚ ਜਦੋਂ ਨੋਟਬੰਦੀ ਹੋਈ ਸੀ, ਨੋਟਬੰਦੀ ਹੋਈ ਸੀ ਮੋਦੀ ਸਾਹਿਬ ਨੇ ਕੀਤੀ ਸੀ, ਤਾਂ ਉਦੋਂ ਤਾਂ ਲੋਕੀ ਵਿਆਹਾਂ ਦੇ ਜਦੋਂ ਰਿਸੈਪਸ਼ਨ ਵੇਲੇ ਬੈਠੇ ਹੁੰਦੇ ਸੀ ਹਸਬੈਂਡ ਵਾਈਫ, ਤਾਂ ਲੋਕੀ ਕਹਿੰਦੇ ਵੀ ਸ਼ਗਨ ਲਈ ਖੁੱਲ੍ਹੇ ਹੈ ਨਹੀਂ, 500 ਦਾ ਚੱਲਦਾ ਨਹੀਂ ਨੋਟ ਹੈ ਨਹੀਂ, ਤਾਂ ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਕ੍ਰੈਡਿਟ ਕਾਰਡ ਮੇਨ ਸੈਂਟਰ 'ਚ ਟੇਬਲ 'ਤੇ ਰੱਖੀ ਹੁੰਦੀ ਆ ਅਤੇ ਤੁਸੀਂ ਸਵਾਈਪ ਕਰੋ ਤਾਂ ਰਸੀਦ ਨਾਲ ਕੱਢ ਕੇ ਤੁਹਾਨੂੰ ਸ਼ਗਨ ਦੀ ਵਾਪਸ ਦਿੰਦੇ ਆ। ਚਲੋ ਇਹ ਇੱਕ ਸ਼ੁਗਲ ਦੀ ਗੱਲ ਹੈਗੀ, ਅਸੀਂ ਅਮਰੀਕਾ ਦੀ ਗੱਲ ਕਰੀਏ, ਅਮਰੀਕਾ ਤੱਕ ਕਿੱਥੋਂ ਤੱਕ ਤੁਹਾਡੀਆਂ ਮਸ਼ੀਨਾਂ ਚੱਲਦੀਆਂ? ਸਾਡੀ ਆਲ ਓਵਰ US ਲੱਗਦੀ ਆ। ਅਤੇ ਤੁਹਾਨੂੰ ਕਿਵੇਂ ਸੰਪਰਕ ਕਰਦੇ ਲੋਕ, ਔਨਲਾਈਨ ਕਰਦੇ ਕਿਵੇਂ ਕਰਦੇ? ਔਨਲਾਈਨ ਕਾਫੀ ਪ੍ਰੈਜੈਂਸ ਹੈਗਾ, ਪਰ ਮੇਨਲੀ ਰੈਫਰਲ ਤੇ ਮੂੰਹ ਜਵਾਨੀ ਅਕਾਊਂਟ ਮਿਲਦੇ ਸਾਨੂੰ। ਅੱਛਾ, ਮੂੰਹ ਜਵਾਨੀ ਵੀ ਚੱਲ ਜਾਂਦਾ ਕੰਮ? ਅੱਛਾ, ਇਹ ਪਹਿਲੀ ਵਾਰ ਦੇਖਿਆ ਮੂੰਹ ਜਵਾਨੀ ਵਾਲਾ ਅਮਰੀਕਾ ਦੇ ਵਿੱਚ, ਨਹੀਂ ਤਾਂ ਕੋਈ ਲਿਖਾ ਪੜ੍ਹੀ ਤੋਂ ਬਿਨਾਂ ਕੰਮ ਨਹੀਂ ਕਰਦਾ। ਅਤੇ ਇਹਦੇ 'ਚ ਫਿਰ ਕੋਈ ਧੋਖਾ ਹੋਣ ਦੇ ਚਾਂਸ ਨਹੀਂ ਹੁੰਦੇ ਮੂੰਹ ਜਵਾਨੀ ਦੇ ਵਿੱਚ? ਧੋਖਾ ਜਿੱਦਾਂ ਹੁਣ ਡੈਡ ਦਾ ਕਾਫੀ ਨਾਂ ਚੱਲਦਾ, ਸੋ ਡੈਡ ਦਾ ਡਰਦੇ ਨੇ, ਡੈਡ ਨਹੀਂ ਨਾ ਲਾਈਕ ਡੈਡ ਨੂੰ ਜਾਣਦੇ, ਉਸ ਨਾਂ 'ਤੇ ਕਾਫੀ ਈਜ਼ੀ ਪਛਾਣ ਹੋ ਜਾਂਦੀ ਹੈ ਅਤੇ ਬਿਜ਼ਨਸਮੈਨ ਨਾਲ ਥੋੜ੍ਹਾ ਸੌਖਾ ਹੋ ਜਾਂਦਾ। ਅਤੇ ਇਹਦੇ 'ਚ ਜੇ ਕਿਸੇ ਨੇ ਮੁੜ ਕੇ ਕੈਂਸਲ ਕਰਾਉਣੀ ਹੋਵੇ ਜਾਂ ਕੁਛ, ਇਹਦਾ ਪੈਸੇ ਪੂਏ ਕੱਢਦੇ ਜੇ ਕਿਸੇ? ਕੀ ਕੋਈ ਕੈਂਸਲੇਸ਼ਨ ਫੀ ਨਹੀਂ, ਬਸ ਇਹੀ ਹੈ ਕਿ ਜਿਹੜੀ ਮਸ਼ੀਨ ਦਿੱਤੀ ਸੀਗੀ ਉਹੀ ਵਾਪਸ ਭੇਜ ਦਿਓ ਅਤੇ ਫ੍ਰੀ ਆਫ ਚਾਰਜ ਕੈਂਸਲ ਹੋ ਜਾਵੇ। ਅੱਛਾ, ਹਾਂਜੀ, ਅਤੇ ਕਾਫੀ ਹੁਣ ਤਾਂ ਜਾਣਕਾਰੀ ਹੋ ਗਈ ਹੈ। ਹਾਂਜੀ ਹਾਂਜੀ, ਅਤੇ ਏਟੀਐਮ ਦਾ ਵੀ ਕਰ ਦਿਓ ਅੱਜ ਕੱਲ੍ਹ ਮਸ਼ੀਨਾਂ? ਏਟੀਐਮ ਦਾ ਘੱਟ ਕਰਦੇ, ਜ਼ਿਆਦਾ ਫੋਕਸ ਕ੍ਰੈਡਿਟ ਕਾਰਡ ਪ੍ਰੋਸੈਸਿੰਗ 'ਚ ਹੀ ਰੱਖਿਆ, ਇਹਦੇ 'ਚ ਜ਼ਿਆਦਾ ਰੱਖਿਆ। ਅੱਛਾ, ਬਾਕੀ ਬਹੁਤ ਵਧੀਆ ਤੁਸੀਂ ਫੋਲੋ ਕੀਤਾ ਬਿਜ਼ਨਸ, ਜਿੰਨੇ ਨੇ ਡੈਡੀ ਕਰਦੇ ਸੀ ਸਾਰੇ ਵਧੀਆ ਫੋਲੋ ਕਰਕੇ ਸਾਂਭੇ ਹੋਏ ਨੇ। ਹਾਂਜੀ, ਸਿਹਤ ਪੱਖੋਂ ਵੀ ਡੈਡੀ ਨੂੰ ਫੋਲੋ ਕੀਤਾ ਹੈ। ਅਗਰ ਗੱਲ ਕਰੀਏ ਇੱਕ ਪੱਖ ਜਿਹੜਾ ਡੈਡੀ ਦੀ ਕੁਆਲਿਟੀ ਹੈਗੀ ਹੈ ਜਾਂ ਜਿਸ ਕਰਕੇ ਡੈਡੀ ਨੂੰ ਪੂਰੀ ਦੁਨੀਆ ਦੇ ਵਿੱਚ ਲੋਕ ਜਾਣਦੇ ਨੇ, ਕਲਾਕਾਰ ਸਾਰੇ ਜਾਣਦੇ ਨੇ, ਹੁਣ ਜਿਵੇਂ ਇੰਡੀਆ ਵੀ ਗਏ ਸੀ ਤਾਂ ਮੇਰੇ ਖਿਆਲ 8-10 ਕਲਾਕਾਰ ਤੇ ਇਹਨਾਂ ਕੋਲ ਗੇੜਾ ਲੱਗੇ ਹੀ ਰਹਿੰਦਾ ਹੁੰਦਾ ਸੀ, ਮੇਨ ਕਲਾਕਾਰ A+ ਕਲਾਕਾਰਾਂ ਦਾ। ਅਤੇ ਉੱਧਰਲੇ ਪਾਸੇ ਧਿਆਨ ਨਹੀਂ ਦਿੱਤਾ ਐਂਟਰਟੇਨਮੈਂਟ ਵਾਲੇ ਪਾਸੇ ਕੁਛ? ਨਹੀਂ ਨਹੀਂ, ਡੈਡ ਵਰਗਾ ਸੁਭਾਅ ਹੈ ਨਹੀਂ ਗਾ ਕਿ ਆਪਾਂ ਖੁੱਲ੍ਹ ਕੇ ਗੱਲ ਕਰੀਏ ਜਿੱਦਾਂ ਡੈਡ ਕਰਦਾ, ਉਹ ਕੰਮ ਆਪਾਂ ਡੈਡ 'ਤੇ ਛੱਡਿਆ ਹੋਇਆ ਐਂਟਰਟੇਨਮੈਂਟ। ਮਤਲਬ ਡੈਡ ਵਰਗਾ ਸੁਭਾਅ ਨਹੀਂ? ਨਾ, ਕੀ ਮਤਲਬ ਕਹਿਣ ਦਾ ਭਾਵ, ਡੈਡ ਵਰਗਾ ਖਰਾਬ ਸੁਭਾਅ ਨਹੀਂ ਕਿ ਵਧੀਆ ਸੁਭਾਅ ਨਹੀਂ? ਡੈਡ ਵਰਗਾ ਸ਼ੋਬਿਜ਼ 'ਚ ਨਹੀਂ ਹੈ, ਉਹਦਾ ਸ਼ੌਂਕ ਆ, ਉਹਨਾਂ ਮੇਰਾ ਹੈ ਨਹੀਂ। ਤਾਂ ਨਹੀਂ, ਜੇ ਹੁਣ ਡੈਡੀ ਬਣਾਉਣ ਫਿਲਮ ਫੁਲਮ ਬਣਾਉਣ, ਡੈਡੀ ਕਹਿ ਰਹੇ ਸੀ ਮੈਨੂੰ ਹੀਰੋ ਲੈ ਕੇ ਅਤੇ ਨਾਲ ਜਿੰਮੀ ਨੂੰ ਲੈ ਕੇ ਫਿਲਮ ਬਣਾਉਣੀ ਹੈ, ਫਿਲਮ ਤਾਂ ਕੰਮ ਕਰੋਗੇ? ਨਾ, ਡੈਡ ਤਾਂ ਗੱਪਾਂ ਮਾਰਦਾ। ਵੈਰੀ ਗੁੱਡ ਯਾਰ, ਆਹ ਨਜ਼ਾਰਾ ਵੈਸੇ ਬਹੁਤ, ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਇਹੋ ਜਿਹੀਆਂ ਗੱਲਾਂ ਬਹੁਤ ਪਸੰਦ ਕਰਦੇ ਨੇ, ਆਮ ਨੋਰਮਲ ਗੱਲਾਂ ਆਪਾਂ ਕਰਦੇ ਹਾਂ। ਅੱਛਾ, ਹੋਦਾ ਹੋਰ ਕੀ ਉਮਰ ਤੁਹਾਡੀ ਅਜੇ ਕਾਫੀ ਘੱਟ ਹੈ? ਹਾਂ, ਅੱਛਾ, ਹੁਣ ਕੀ ਕਹਿਣਾ ਚਾਹੁੰਦੇ ਡੈਡੀ ਨੂੰ, 24 ਸਾਲਾਂ ਦਾ ਮੈਂ ਹੋ ਗਿਆ ਤਾਂ ਵਿਆਹ ਕਰ ਦਿਓ? ਨਾ ਨਾ, ਕਿੱਥੇ, ਅਜੇ ਨਹੀਂ। ਅੱਛਾ, ਅੱਛਾ, ਚਲੋ ਵਿਆਹ ਵਾਲਾ ਟਰੈਕ ਪਾਸੇ, ਕੀ ਇਹੀ ਸੋਚਿਆ ਸੀ ਵੀ ਇਹ ਬਿਜ਼ਨਸ ਕਰਨਾ ਜਾਂ ਡੈਡੀ ਨੇ ਇਸ ਕੰਮ 'ਚ ਪਾਤਾ ਕਰਕੇ ਤਾਂ ਕਰਨਾ ਪੈ ਰਿਹਾ? ਜਦੋਂ ਹਾਈ ਸਕੂਲ 'ਚ ਸੀਗਾ ਉਦੋਂ ਡੈਡ ਨੇ ਕੰਮ ਲਾਤਾ ਸੀਗਾ ਆਫਿਸ ਦੇ ਵਿੱਚ, ਸ਼ੁਰੂ 16 ਸਾਲਾਂ 'ਚੋਂ ਮੈਂ ਇਹੀ ਕੰਮ ਕਰਦਾ ਰਿਹਾ। ਫਿਰ ਜਦੋਂ ਕਾਲਜ ਗਿਆ ਸੀਗਾ, ਕਾਲਜ ਨਾਲ ਨਾਲ ਆਹ ਕੰਮ ਇਹ ਹੋ ਗਿਆ ਵਧੀਆ ਕਰਨ ਲੱਗ ਪਿਆ, ਸੋ ਮੇਨ ਫੋਕਸ ਫਿਰ ਉਹਦੇ ਵਿੱਚ ਹੀ ਰੱਖੀ ਜਦੋਂ ਸਾਰਾ ਡਨ ਹੋ ਗਿਆ ਸੀ। ਅਤੇ ਉੱਦਾਂ ਕੁਛ ਸੋਚਿਆ ਵੀ ਜਾਂ ਹੋਰ ਕੁਛ ਕਰਨਾ ਚਾਹੁੰਦੇ? ਇੱਕ ਹਰ ਬੰਦੇ ਦਾ ਸਪਨਾ ਹੁੰਦਾ, ਡ੍ਰੀਮ ਹੁੰਦਾ ਦਿਮਾਗ ਦੇ ਵਿੱਚ, ਯਾਰ ਮੈਂ ਆਹ ਚੀਜ਼ ਜ਼ਰੂਰ ਕਰਨੀ ਹੈ। ਜਿਹਨਾਂ ਨੂੰ ਐਕਟਿੰਗ ਦਾ ਸ਼ੌਕ ਆ ਉਹਨੂੰ ਸ਼ੌਕ ਹੁੰਦਾ, ਯਾਰ ਮੈਂ ਇੱਕ ਵਾਰੀ ਫਿਲਮ ਦੇ ਵਿੱਚ ਜ਼ਰੂਰ ਆਉਣਾ। ਜਿਹਨਾਂ ਨੂੰ ਕਿਸੇ ਬਿਜ਼ਨਸ ਦਾ ਸ਼ੌਕ ਹੈ ਉਹਨਾਂ ਨੂੰ ਉਹਦਾ ਉਸ ਤਰ੍ਹਾਂ ਦਾ ਦਿਮਾਗ 'ਚ ਹੁੰਦਾ। ਤੁਹਾਡੇ ਦਿਮਾਗ 'ਚ ਕੋਈ ਸਪਨਾ, ਕੋਈ ਗੋਲ ਜਿੰਮੀ ਦਾ? ਗੋਲ ਤਾਂ ਇਹੀ ਹੈ ਕਿ ਡਿਫਰੈਂਟ ਡਿਫਰੈਂਟ ਬਿਜ਼ਨਸ ਪੈਣ ਦਾ,
ਪ੍ਰਾਪਰਟੀ ਲੈ ਲਈਆਂ ਜਾਂ ਹੋਰ ਅੱਛਾ ਇਦਾਂ ਹੀ ਰੱਖਿਆ ਕਿਉਂਕਿ ਪੈਸੇ ਪੂਏ ਦੀ ਕੋਈ ਪ੍ਰੋਬਲਮ ਹੈ ਨਹੀਂ ਠੀਕ ਹੈ ਉਹ ਬਾਕੀ ਹੁਣ ਰਹਿ ਗਿਆ ਵੀ ਤੁਹਾਡੀ ਸ਼ੌਕ ਕੀ ਨੇ ਹਾਂਜੀ ਕਿਉਂਕਿ ਇੱਧਰਲੇ ਮੁਲਕਾਂ ਦੇ ਵਿੱਚ ਆ ਕੇ ਕੰਮ ਕਾਰ ਅਗਰ ਕਰਦੇ ਹਾਂ ਤਾਂ ਪੈਸੇ ਦੀ ਕੋਈ ਇੰਡੀਆ ਵਾਲਾ ਹਾਲ ਨਹੀਂ ਕਿ ਸਮੱਸਿਆ ਹੈਗੀ ਆ ਹਾਂਜੀ ਅਤੇ ਫਿਰ ਵੀ ਕੋਈ ਸ਼ੌਕ ਖਾਸ ਜ਼ਿੰਦਗੀ ਦਾ ਦੁਨੀਆ ਟਰੈਵਲ ਕਰਨੀ ਹੈ ਬਸ ਹਾਂ ਹਾਂ ਅੱਛਾ ਵਰਲਡ ਟੂਰ ਸੋ ਬਿਜ਼ਨਸ ਵੀ ਤੁਸੀਂ ਇਹੋ ਜਿਹੇ ਨਾਲ ਸਟਾਰਟ ਕਰ ਸਕਦੇ ਹੋ ਜਿਹੜਾ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਹੋਵੇ ਐਸੀ ਗੱਲ ਨਹੀਂ ਔਖਾ ਲੱਭਣਾ ਇੱਦਾਂ ਨਹੀਂ ਨਹੀਂ ਸਭ ਬਹੁਤ ਬਿਜ਼ਨਸ ਨੇ ਇਹੋ ਜਿਹੇ ਅਤੇ ਠੀਕ ਆ ਜਸ ਪੰਜਾਬੀ ਵਾਲੇ ਆਏ ਦੇਖੋ ਤੁਹਾਡੀ ਵੀ ਇੰਟਰਵਿਊ ਕੀਤੀ ਹੈ ਅਤੇ ਲਾਈਵ ਵੀ ਘਰਾਂ 'ਚ ਲੱਖਾਂ ਲੱਖਾਂ ਪੰਜਾਬੀ ਪੂਰੀ ਦੁਨੀਆ 'ਚ ਦੇਖਦੇ ਨੇ ਹਾਂਜੀ ਸੋ ਕਿਵੇਂ ਮਹਿਸੂਸ ਹੋ ਰਿਹਾ ਅੱਜ ਵਧੀਆ ਲੱਗ ਰਿਹਾ ਮੈਂ ਪਹਿਲਾਂ ਥੋੜ੍ਹਾ ਨਰਵਸ ਸੀਗਾ ਪਰ ਹੁਣ ਹੁਣ ਤਾਂ ਕਰੀ ਚੱਲੀਏ ਗੱਲਾਂ ਪਾਵਾਂ ਘੰਟਾ ਆਪਾਂ ਨਾ ਘੰਟਾ ਨਹੀਂ ਅੱਛਾ ਅੱਛਾ ਨਹੀਂ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਸਾਡੇ ਗੱਲਾਂ ਬਾਤਾਂ ਇੱਦਾਂ ਹਲਕੀਆਂ ਫੁਲਕੀਆਂ ਚੱਲਦੀਆਂ ਹੁੰਦੀਆਂ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਬਿਜ਼ਨਸ ਦੀ ਪ੍ਰਮੋਸ਼ਨ ਹੁੰਦੀ ਹੈ ਸੋ ਤੁਸੀਂ ਇਕੱਲਾ ਕ੍ਰੈਡਿਟ ਕਾਰਡ ਮਸ਼ੀਨ ਦਾ ਹੀ ਦੇਖਦੇ ਹੋ ਜਾਂ ਨਾਲ ਜਿਹੜਾ ਸੋਲਰ ਵਾਲਾ ਹੈਗਾ ਜਾਂ ਤੁਹਾਡਾ ਇਹ ਹੈਗਾ ਦੂਸਰਾ ਕਾਰ ਰੈਂਟਲ ਵਾਲਾ ਉਹ ਵੀ ਸਾਰੇ ਦੇਖਦੇ ਹੋ ਨਹੀਂ ਸਿਰਫ ਕ੍ਰੈਡਿਟ ਕਾਰਡ ਮਸ਼ੀਨਾਂ ਦਾ ਦੇਖਣਾ ਉਹਦੇ ਵਿੱਚ ਹੀ ਸਾਰਾ ਟਾਈਮ ਲੱਗ ਜਾਂਦਾ ਕਦੀ ਬੇਲ ਮਸੀ ਮਿਲਦੀ ਉਹਦੇ ਵਿੱਚੋਂ ਇੰਨਾ ਬਿਜ਼ੀ ਰਹੀਦਾ ਉਹਦੇ ਅੱਛਾ ਕਦੀ ਟਰੈਵਲਿੰਗ ਬਹੁਤ ਹੋ ਜਾਂਦੀ ਹੈ ਕਦੀ ਐਲ ਏ ਕਦੀ ਯੂਰੀਨੋ ਕਦੀ ਸੀਆਰਓ ਕਦੀ ਕਾਫੀ ਪਾਸੇ ਇਹਨੂੰ ਜਾਣਾ ਪੈਂਦਾ ਅਤੇ ਆਫਿਸ 'ਚ ਬਹੁਤ ਘੱਟ ਰਹੀਦਾ ਜ਼ਿਆਦਾ ਤਾਂ ਇੱਥੇ ਇੰਪਲੋਈ ਰੱਖੇ ਆ ਕੰਮ ਕਰਦੇ ਸਾਰਾ ਕੰਮ ਕਰਦੇ ਆਪਾਂ ਤਾਂ ਯੂਜਲੀ ਬਾਹਰ ਹੁੰਦੇ ਅੱਛਾ ਹਾਂਜੀ ਅਤੇ ਉੱਦਾਂ ਫਿਰ ਕਿਹੜੇ ਕਿਹੜੇ ਮੁਲਕ ਘੁੰਮੇ ਹਜੇ ਤੱਕ ਘੁੰਮੇ ਕਿ ਹੁਣ ਕਲਾਕਾਰ ਜਦੋਂ ਤੁਸੀਂ ਡੈਡੀ ਨਾਲ ਉਦੋਂ ਫਿਰ ਦਿਲ ਕਰਦਾ ਨਹੀਂ ਨਾਲ ਸਟੇਜ 'ਤੇ ਮਾੜਾ ਮੋਟਾ ਗਾਈਏ ਨਾ ਨਾ ਗਾਉਣ ਦਾ ਤਾਂ ਕਦੀ ਨਹੀਂ ਸ਼ੌਂਕ ਬਣਿਆ ਅੱਛਾ ਨਾ ਤੇ ਡੈਡ ਦਾ ਹੀ ਸੀ ਡੈਡ ਦਾ ਸ਼ੌਕ ਤਾਂ ਹੈਗਾ ਨਾ ਗਾਉਣ ਦਾ ਘਰੇ ਕਦੇ ਗਾਣਾ ਸੁਣਾਇਆ ਡੈਡ ਨੇ ਕੋਈ ਯਾ ਬਹੁਤ ਸੁਣਾਏ ਬਹੁਤ ਹਾਂਜੀ ਅੱਛਾ ਵਧੀਆ ਲੱਗਦੇ ਸੀ ਮੈਨੂੰ ਤਾਂ ਹੁਣ ਪੁਰਾਣੇ ਲੱਗਦੇ ਚਾਰ ਪੰਜ ਗਾਣੇ ਅੱਛਾ ਅੱਛਾ ਚਲੋ ਬੜਾ ਵਧੀਆ ਮਾਹੌਲ ਬਹੁਤ ਵਧੀਆ ਜਿਮੀ ਵਿਸ਼ ਯੂ ਆਲ ਦਾ ਬੈਸਟ ਤੁਹਾਡੇ ਕੰਮ ਕਰ ਲਈ ਹਜੇ ਬਹੁਤ ਯੰਗ ਉਮਰ ਹੈ ਤੁਸੀਂ ਜ਼ਿੰਦਗੀ ਦੇ ਵਿੱਚ ਬੜੀਆਂ ਤਰੱਕੀਆਂ ਕਰਨੀਆਂ ਸੋ ਬਹੁਤ ਖੁਸ਼ਕਿਸਮਤ ਹੋ ਤੁਹਾਨੂੰ ਬੌਬ ਵਿਰਕ ਸਾਹਿਬ ਤੁਹਾਡੇ ਫਾਦਰ ਸਾਹਿਬ ਨੇ ਜਿਹਨਾਂ ਨੂੰ ਦੁਨੀਆ ਜਾਣਦੀ ਹੈ ਜਿਹਨਾਂ ਨੇ ਬਿਜ਼ਨਸ ਦੇ ਵਿੱਚ ਵੀ ਬੜਾ ਨਾਮ ਕਮਾਇਆ ਵੈਸੇ ਵੀ ਬਹੁਤ ਨਾਮ ਕਮਾਇਆ ਬੜੀ ਚੰਗੀ ਗੱਲ ਹੈ ਨਹੀਂ ਤਾਂ ਆਮ ਤੌਰ 'ਤੇ ਬੱਚਿਆਂ ਨੂੰ ਇਹ ਬਹੁਤ ਸਾਰੇ ਲੋਕ ਹੁੰਦੀ ਪ੍ਰੋਬਲਮ ਕਿ ਸਪੋਰਟ ਨਹੀਂ ਮਿਲਦੀ ਘਰੋਂ ਪੂਰੀ ਸਪੋਰਟ ਹੈ ਅਤੇ ਕੀ ਕਹਿਣਾ ਚਾਹੁੰਦੇ ਅਗਰ ਸਾਡੇ ਦੁਨੀਆ ਦੇ ਵਿੱਚ ਜਿਹੜੇ ਬੈਠੇ ਪੰਜਾਬੀ ਦੇਖ ਰਹੇ ਨੇ ਸੁਣ ਰਹੇ ਨੇ ਤੁਹਾਨੂੰ ਉਹਨਾਂ ਨੂੰ ਕੁਛ ਕਹਿਣਾ ਚਾਹੁੰਦੇ ਕੁਛ ਨਹੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦਾ ਇਸ ਕੈਮਰੇ 'ਚ ਬੋਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲਣਾ ਚਾਹੁੰਦਾ ਅਤੇ ਬਸ ਪੰਜਾਬੀ ਠੀਕ ਹੈ ਵਧੀਆ ਪੰਜਾਬੀ ਤਾਂ ਵਧੀਆ ਬੋਲਦੇ ਹਾਂਜੀ ਪੰਜਾਬੀ ਬਹੁਤ ਵਧੀਆ ਬੋਲਦੇ ਪਹਿਲਾਂ ਤਾਂ ਇੰਗਲਿਸ਼ ਤੋਂ ਸ਼ੁਰੂ ਹੋਇਆ ਪਰ ਡੈਡ ਨੇ ਮਾੜੀ ਮੋਟੀ ਪੰਜਾਬੀ ਸਿਖਾਈ ਸੀ ਨਹੀਂ ਨਹੀਂ ਵਧੀਆ ਪੰਜਾਬੀ ਸੋ ਪੰਜਾਬੀ ਜ਼ਰੂਰ ਬੋਲਿਆ ਕਰੋ ਹਾਂਜੀ ਪੰਜਾਬੀ ਸਾਡੀ ਮਾਂ ਬੋਲੀ ਆ ਸੋ ਘਰਾਂ ਵਿੱਚ ਬੈਠੇ ਦਰਸ਼ਕ ਦੇਖ ਰਹੇ ਨੇ ਪ੍ਰੋਗਰਾਮ ਉਮੀਦ ਕਰਦੇ ਹਾਂ ਬਹੁਤ ਵਧੀਆ ਲੱਗ ਰਿਹਾ ਹੋਊਗਾ ਜਿਮੀ ਵਿਰਕ ਨਾਲ ਵੀ ਗੱਲਬਾਤ ਕੀਤੀ ਇਹਨਾਂ ਦੇ ਬਿਜ਼ਨਸ ਬਾਰੇ ਗੱਲਬਾਤ ਕੀਤੀ ਅਤੇ ਨਾਲ ਦੀ ਨਾਲ ਸਾਡੇ ਕੋਲ ਮਹਿਮਾਨ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਦੋ ਮਿੰਟ ਅਸੀਂ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕਿ ਘੁੰਮਣ ਸਾਹਿਬ ਅਤੇ ਭਰਪੂਰ ਬਰਾੜ ਸਾਹਿਬ ਹੈਗੇ ਨੇ ਅਤੇ ਬੌਬ ਵਿਰਕ ਸਾਹਿਬ ਨਾਲ ਹਜੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਬਹੁਤ ਸਾਰੀਆਂ ਗੱਲਾਂ ਇੰਟਰਟੇਨਮੈਂਟ ਦੀਆਂ ਹੋਰ ਗੱਲਾਂ ਬਾਤਾਂ ਕਰਨੀਆਂ ਬਾਕੀ ਨੇ ਬਾਕੀ ਇਹ ਸ਼ੁਕਰ ਕਰੋ ਕਿ ਅੱਜ ਮੈਨੂੰ ਉਹ ਇੰਨਾ ਬੋਲਣ ਦਾ ਮੌਕਾ ਦੇ ਰਹੇ ਨੇ ਜਦੋਂ ਰੇਡੀਓ ਹੋਸਟ ਕਰਦੇ ਸੀ ਤਾਂ ਦੋ ਦੋ ਘੰਟੇ ਲਗਾਤਾਰ ਇਕੱਲੇ ਬੋਲੀ ਜਾਂਦੇ ਸੀਗੇ ਬਾਕੀ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਬ੍ਰੇਕ ਤੋਂ ਬਾਅਦ ਵੀ ਫਿਲਹਾਲ ਤੁਸੀਂ ਦੇਖਦੇ ਰਹੋ ਜਸ ਪੰਜਾਬੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ